ਤੁਸੀਂ ਵੇਖ ਰਹੇ ਹੋ ਲਿਬਰਲਟੀ ਵੀ ਮਹਤਾਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅੱਜ ਕੱਲ ਈਡੀ ਤੋਂ ਲੈ ਕੇ ਬਿਜਲੈਂਸ ਦੀ ਰਡਾਰ ਤੇ ਚਰਨਜੀਤ ਚੰਨੀ ਚੋਣਾਂ ਤੋਂ ਬਾਅਦ ਵਿਦੇਸ਼ ਜਾਂਦੇ ਨੇ ਕਹਿੰਦੇ ਜੀ ਪੀ ਐਚ ਡੀ ਪੂਰੀ ਕਰਨ ਗਏ ਨੇ ਪਿੱਛੋਂ ਭਾਣ ਜਾ ਈਡੀ ਵੱਲੋਂ ਚੱਕ ਲਿਆ ਜਾਂਦਾ ਪੈਸੇ ਦੇ ਲੈਣ ਦੇਣ ਦਾ ਆ ਬ੍ਰਾਹਮਣ ਜੀ ਉਹ ਬ੍ਰਾਹਮਣ ਜੀ ਚੰਨੀ ਦੀ ਗ੍ਰਿਫਤਾਰੀ ਹੋ ਸਕਦੀ ਹੈ ਜੀ ਚੰਨੀ ਮੁੜਨਗੇ ਨਹੀਂ ਜੀ ਚੰਨੀ ਮੁੜਿਆ ਮੁੜਨ ਤੋਂ ਬਾਅਦ ਕਰੋਲਾ ਪੈਂਦਾ ਕਚਨੀ ਬੀਜੇਪੀ ਜਾ ਸਕਦੇ ਨੇ ਜੀ ਬੀਜੇਪੀ ਲੈ ਨਹੀਂ ਰਹੀ ਜੀ ਬੀਜੇਪੀ ਸ਼ਾਮਲ ਹੋ ਜਾਣਾ ਜੀ ਤਿਆਰੀ ਹੈ ਜੀ ਇਹ ਸਾਰੀਆਂ ਖਬਰਾਂ ਹਵਾ ਚ ਕਿਉਂਕਿ ਚੰਨੀ ਨਾ ਬੀਜੇਪੀ ਜਾਣ ਜਾਣ ਬਾਰੇ ਤਿਆਰੀ ਕਰ ਰਹੇ ਨੇ ਨਾ ਅਜੇ ਜਾਣ ਬਾਰੇ ਕੋਈ ਵਿਚਾਰ ਹੈ ਤੇ ਨਾ ਹੀ ਉਹਨਾਂ ਦਾ ਅਜੇ ਲੈਣ ਬਾਰੇ ਕੋਈ ਵਿਚਾਰ ਹੈ ਸੋ ਇਸ ਲਈ ਗੱਲ ਹਵਾ ਚ ਸੀ ਕਿਹਨੇ ਫਲਾਈ ਕਿਹਨੂੰ ਫਾਇਦਾ ਹੁੰਦਾ ਕਿਹਨੂੰ ਨੁਕਸਾਨ ਬਾਦੀ ਗੱਲ ਹਾਂ ਚੰਨੀ ਜੇ ਨਾਰਾਜ਼ ਸੀ ਤਾਂ ਕਾਂਗਰਸ ਪਾਰਟੀ ਨਾਲ ਪੰਜਾਬ ਦੀ ਕਾਂਗਰਸ ਪਾਰਟੀ ਦੇ ਲੀਡਰਾਂ ਨਾਲ ਕਿ ਕਹਿਣ ਨੁਜਰੰਦਰ ਜਿਮਨੀ ਚੋਣਾ ਹੈ ਹਾਈ ਕਮਾਂਡ ਨੂੰ ਟਿਕਟ ਬਾਰੇ ਵੀ ਸੋਚ ਰਿਹਾ ਹੈ ਤੇ ਇੱਧਰ ਇੱਕ ਟਿਕਟ ਛੱਡੋ ਮੈਨੂੰ ਨਾਲ ਤੋਰਨ ਲਈ ਵੀ ਤਿਆਰ ਨਹੀਂ ਮੈਨੂੰ ਨਾਲ ਲਿਜਾਣ ਲਈ ਵੀ ਤਿਆਰ ਨਹੀਂ ਸੋ ਇਹ ਸਾਰਿਆਂ ਦਾ ਸਨੇਹਾ ਜਦੋਂ ਲੀਡਰਾਂ ਤੱਕ ਪਹੁੰਚਿਆ ਤਾਂ ਕੀ ਪ੍ਰਤਾਪ ਬਾਜਵਾ ਕੀ ਰਾਜਾ ਬੜਿੰਗ ਸਾਰਿਆਂ ਨਾਲ ਸੰਪਰਕ ਸਾਧਿਆ ਕੋਈ ਕਰਿਆ ਆ ਕਿਸੇ ਨੇ ਮਨਾਇਆ ਤੇ ਆਖਰ ਜਿਹ ਦਿਨ ਕਾਗਜ਼ দাখিল ਕਰਨ ਗਏ ਹੈਨਾ ਬੀਬੀ ਕਿਰਨਜੋਤ ਕਾ ਹੋਰਾਂ ਦੇ ਤੇ ਉਸ ਦਿਨ ਕਹਿੰਦੇ ਜੀ ਨਾਲ ਗੱਡੀ 'ਚ ਬੱਸ 'ਚ ਬਿਠਾ ਕੇ ਲੈઈએ ਸੋ ਚੰਨੀ ਨੇ ਫਿਰ ਕਹਿੰਦੇ ਕਿ ਮੇਜ਼ ਕੁਰਸੀ ਲੱਗੀ ਦੇਖ ਕੇ ਮੈਂ ਇਹ ਦੇਖ ਕੇ ਮੀਡੀਆ ਸਾਹਮਣੇ ਆਪਣੀ ਤਕਰੀਰ ਰੱਖਤੀ ਤੇ ਚੰਨੀ ਨੇ ਕਹਿਤਾ ਕਿ ਕਾਦੀ ਆਮ ਆਦਮੀ ਪਾਰਟੀ ਕਾਦੀ ਸਰਕਾਰ ਜਿਹੜੇ ਲੋਕਾਂ ਨਾਲ ਵਾਅਦੇ ਨਹੀਂ ਪੂਰੇ ਕਰ ਸਕਦੇ ਇਹਨਾਂ ਨੇ ਤਾਂ ਵਾਅਦਾ ਕੀਤਾ ਸੀ ਇਹਨਾਂ ਨੇ ਤਾਂ ਗਰੰਟੀ ਦਿੱਤੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਐਸ ਸੀ ਬੀ ਸੀ ਭਾਈਚਾਰੇ 'ਚੋਂ ਅਸੀਂ ਹਿੰਦੂ ਭਾਈਚਾਰੇ 'ਚੋਂ ਉਪ ਮੁੱਖ ਮੰਤਰੀ ਲਾਵਾਂਗੇ ਤੇ ਚੰਨੀ ਨੇ ਕਹਿੰਦੇ ਜੀ ਸ਼ੁਰੂ ਹੋਏ ਚੰਨੀ ਤੇ ਚੰਨੀ ਸਿੱਧੇ ਹੋਲੇ ਆਮ ਆਦਮੀ ਪਾਰਟੀ ਕਲੀ ਨੂੰ ਕਹਿੰਦੇ ਜੀ ਇਹ ਦਲਤਾਂ ਨਾਲ ਧੋਖਾ ਇਹ ਤਾਂ ਝੂਠ ਹੈ ਸੋ ਚਾਹੇ ਜਲੰਧਰ ਜਿਮਨੀ ਚੋਣ ਨੂੰ ਧਿਆਨ ਨਾਲ ਰੱਖ ਕੇ ਹੋਵੇ ਚਾਹੇ ਆਪਣੇ ਹਵਾਦੇ ਨਾਲ ਹੋਵੇ ਚਾਹੇ ਰਾਜਨੀਤਿਕ ਬਿਆਨਬਾਜ਼ੀ ਹੋਵੇ ਚਾਹੇ ਸੱਚੀ ਗੱਲ ਹੋਵੇ ਸੋ ਕਹਿੰਦੇ ਜੀ ਲੱਗਦਾ ਹੈ ਬਿਜਲੈਂਸ ਦੇ ਦਿਲਤੇ ਲੱਗੀ ਗਲਤ ਆਵਾਮ ਦੀ ਪਾਰਟੀ ਨੂੰ ਕਹੀ ਸੀ ਚੰਨੀ ਨੇ ਗਲਤ ਸਰਕਾਰ ਨੂੰ ਕਹੀ ਸੀ ਚੰਨੀ ਨੇ ਗਲਤ ਕੇਜਰੀਵਾਲ ਭਗਵਾਨਤਮਾਨ ਤੇ ਰਾਗਮ ਚੱਡਾ ਨੂੰ ਕਹੀ ਸੀ ਪਰ ਦਿਲ ਤੇ ਕਹਿੰਦੇ ਬਿਜਲੈਂਸ ਲੱਗੀ ਉਹ ਬਿਜਲੈਂਸ ਜਿਨ੍ਹਾਂ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਚੰਨੀ ਨੂੰ ਸਹਮਣ ਭੇਜੇ ਹੋਏ ਸੀ ਕਿ ਭਾਈ 12 ਤਰੀਕ ਨੂੰ ਆਜੋ ਤੇ ਚੰਨੀ ਜੀ ਕਹਿੰਦੇ ਵੀ 12 ਤਰੀਕ ਨੂੰ ਰੁਝੇ ਮੈਂ 20 ਤਰੀਕ ਨੂੰ ਆਜੂਗਾ ਤੇ ਕਹਿੰਦੇ ਜੀ ਤਰੀਕ ਫਿਕਸ ਹੋ ਗਈ ਕਿ 20 ਨੂੰ ਆਉਣਗੇ ਤੇ 13 ਨੂੰ ਜੰਨੀ ਨੇ ਕਾਗਜ਼ ਦਾਖਲ ਕਰਨ ਮੌਕੇ ਪਰ اس ਕਾਨਫਰੈਂਸ ਕਰਕੇ ਜਦੋਂ ਆਪ ਸਰਕਾਰ ਨੂੰ ਘੇਰੇ ਚ ਲੈ ਲਿਆ ਸਵੇਰੇ ਸਵਾਲ ਕੀਤਾ ਸਰਕਾਰ ਨੂੰ ਸ਼ਾਮ ਢਲਦੇ ਢਲਦੇ ਸੰਮਣ ਆ ਗਿਆ ਤੇ ਸੰਮਣ ਵੀ ਵਟਸਐਪ ਤੇ ਆ ਗਿਆ ਕਿ ਆਜੋ ਜੀ ਸਵੇਰ ਨੂੰ ਹੀ ਆਜੋ ਫਿਰ ਤੇ ਚਲੋ ਜੀ 14 ਤਰੀਕ ਚੜ ਗਈ ਤੇ ਚੰਨੀ ਜੀ ਕਹਿੰਦੇ ਕਿ ਚਲੋ ਜੀ ਮੈਂ ਆਉਣਾ ਚੰਨੀ ਜੀ ਹਣੀ ਕਹਿੰਦੀ ਜੀ ਪਹੁੰਚ ਗਏ ਬਿਜ਼ਨਸ ਦਫਤਰ ਜਾਣ ਤੋਂ ਪਹਿਲਾਂ ਕਹਿੰਦੇ ਮੈਨੂੰ ਕੀ ਹਾਸਲ ਕਰਨਗੇ ਜੀ ਮੈਂ ਜ਼ਮੀਨਾਂ ਵੇਚ-ਵੇਚ ਕੇ ਤਾਂ ਚੋਂ ਲੜੀਆ ਮੇਰੇ ਕੋਲ ਹੈ ਕੀ ਜੀ ਇੱਕ ਲੈ ਦੇ ਕੇ ਘਰ ਆ ਜੀ ਉਹ ਵੀ ਕੁਰਕੀ ਤੇ ਆ ਤੇ ਹੁਣ ਕੁਰਕੀ ਵਾਲੇ ਬੰਦੇ ਤੋਂ ਕੀ ਵਸੂਲ ਕਰਨਗੇ ਜੀ ਕਹਿੰਦੇ ਮੇਰੇ ਤੇ ਝੂਠੇ ਦੋਸ਼ ਲਾਉਂਦੇ ਨੇ ਹਾਂ ਮੇਰੇ ਮੁੰਡੇ ਦਾ ਸ਼ੈਲਰ ਚੱਲਦਾ ਪਰ ਮੇਰੇ ਕੋਲ ਕੁਝ ਨਹੀਂਗਾ ਮੇਰੇ ਉੱਤੇ ਦੋਸ਼ ਝੂਠੇ ਨੇ ਕਿ ਮੈਂ ਕਰੋੜਾਂ ਦੀ ਜਾਇਦਾਦ ਬਣਾਈ ਸੋ ਇਸ ਲਈ ਚੰਨੀ ਦਾ ਇਹ ਹਵਾਲਾ ਕੀ ਉਹਨਾਂ ਲਈ ਸਿਮਤੀ ਅੱਖਾਂ 'ਚ ਹੰਝੂ ਤੇ ਮੂੰਹ ਤੇ ਬੋਲ ਕਿ ਇਹ ਜੀ ਮੇਰੀ ਗ੍ਰਿਫਤਾਰੀ ਪਾ ਸਕਦੇ ਨੇ ਇਹ ਮੇਰੇ ਨਾਲ ਕੁੱਟਮਾਰ ਕਰ ਸਕਦੇ ਨੇ ਇਹ ਮੇਰਾ ਕਤਲ ਵੀ ਕਰਾ ਸਕਦੇ ਨੇ ਕੀ ਇਹ ਰਾਜਨੀਤਿਕ ਦਾਅ ਹੈ ਜਾਂ ਕਿਸੇ ਡਰ ਖੌਫ ਚੋਂ ਹੈ ਸੋ ਇਹ ਸਾਰੇ ਪਹਿਲੂ ਲਓ ਮੈਂ ਤੁਹਾਡੇ ਸਾਹਮਣੇ ਰੱਖਦਾ ਪਹਿਲਾਂ ਕੀ ਹੈ ਮਸਲਾ ਚੰਨੀ ਬੋਲੇ ਮੇਰਾ ਕਤਲ ਵੀ ਕਰਵਾਇਆ ਜਾ ਸਕਦਾ ਵਿਜੀਲੈਂਸ ਨੇ ਬਸਾਖੀ ਵਾਲੇ ਦਿਨ ਕਹਿੰਦੇ ਛੁੱਟੀ ਵਾਲੇ ਦਿਨ ਵੀ ਮੈਨੂੰ ਬੁਲਾਇਆ ਇਹ ਅਤਿਆਚਾਰ ਨਹੀਂ ਤਾਂ ਹੋਰ ਕੀ ਆ ਕਿ ਮੇਰੇ ਪਿੱਛੇ ਕਹਿੰਦੇ ਛੁੱਟੀ ਵਾਲੇ ਦਿਨ ਦਫਤਰ ਖੋਲਿਆ ਚਲੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਚੰਨੀ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਸਿੱਧੇ ਦੋਸ਼ ਮੜੇ ਨੇ ਕਿਉਂ ਮੇਰਾ ਕਤਲ ਤੱਕ ਕਰਵਾ ਸਕਦੇ ਨੇ ਚੰਨੀ ਨੇ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਕੋਲ ਪੁੱਛਗਿੱਛ ਲਈ ਪੇਸ਼ੀ ਪਰਨੀਸੀ ਤੇ ਪੇਸ਼ ਹੋਣ ਲਈ ਆ ਗਏ ਤੇ ਜਦੋਂ ਉਹਨਾਂ ਨੇ ਤੁਰੰਤ ਅਗਲੇ ਦਿਨ ਬੁਲਾ ਲਿਆ ਸੀ ਤੇ ਇਸ ਗੱਲ ਦੇ ਉੱਤੇ ਚੰਨੀ ਨੇ ਕਿਹਾ ਕਿ ਵਿਜੀਲੈਂਸ ਨੇ ਮੈਨੂੰ 20 April ਨਾਲ ਮੇਰੀ ਤਰੀਕ ਤੈਅ ਹੋਈ ਸੀ ਕਿ ਮੈਂ 20 April ਨੂੰ ਆ ਸਕਦਾ ਹਾਂ ਪ੍ਰੈਸ ਕਾਨਫਰੈਂਸ ਮੈਂ ਸੱਚ ਬੋਲਿਆ ਮਾਨ ਸਰਕਾਰ ਨੂੰ ਕਟਹਿਰੇ ਚ ਲਿਆਂਦਾ ਕਹਿੰਦੇ ਤੇ ਸਰਕਾਰ ਬਖਲਾ ਗਈ ਮੈਨੂੰ ਤੁਰੰਤ ਬੁਲਾ ਲਿਆ ਜੀ ਕਹਿੰਦੇ ਹੁਣ ਇਸ ਲਈ ਕਹਿੰਦੇ ਛੁੱਟੀ ਵਾਲੇ ਦਿਨ ਵੀ ਮੈਨੂੰ ਤੰਕ ਕੀਤਾ ਜਾ ਰਿਹਾ ਹੈ ਭਗਵਾਨਤਮਾਨ ਦੀ ਸਰਕਾਰ ਦਾ ਉਤ્યાਚਾਰ ਸਹਿਣ ਲਈ ਮੈਂ ਤਿਆਰ ਹਾਂ ਤੋ ਪੰਜਾਬ ਸਰਕਾਰ ਕਹਿੰਦੇ ਮੇਰੇ ਨਾਲ ਮਾਰਕੁੱਟ ਕਰ ਸਕਦੀ ਆ ਐਤੋਂ ਤੱਕ ਕਿ ਮੇਰੀ ਹੱਤਿਆ ਵੀ ਕਰਵਾ ਸਕਦੀ ਆ ਮੇਰਾ ਕਤਲ ਵੀ ਕਰਵਾ ਸਕਦੀ ਆ ਪਰ ਮੈਂ ਬਿਜਲੈਂਸ ਦਫਤਰ ਕੱਲਾ ਆ ਰਿਹਾ ਪੰਜਾਬ ਸਰਕਾਰ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਗ੍ਰਿਫਤਾਰ ਕਰ ਲਵੇ ਤੇ ਜੋ ਮੇਰੇ ਤੇ ਤਸ਼ੱਦਦ ਕਰਨਾ ਤਸ਼ੱਦਦ ਕਰ ਲਵੇ ਕੇਸ ਪਾਉਣਾ ਕੇਸ ਪਾਦ ਵੀ ਜੇਲ੍ਹ ਸਿਟਾਂ ਜੇਲ੍ਹ ਸਿਟ ਦੇਵੇ ਮੈਨੂੰ ਕੋਈ ਡਰ ਨਹੀਂ ਚਲੋ ਜੀ ਇਹ ਤਾਂ ਇੱਥੇ ਤੱਕ ਦੀ ਕਹਾਣੀ ਹੋ ਗਈ ਪਰ ਸਵਾਲ ਇਹ ਤੋ ਅੱਗੇ ਰੱਖੜਾ ਜਦੋਂ ਤੱਕ ਇਹ ਪ੍ਰੋਗਰਾਮ ਪਹੁੰਚਣਾ ਤਦ ਤੱਕ ਹੋ ਸਕਦਾ ਚੰਨੀ ਦੇ ਲਈ ਜਿਹੜੇ 50 ਸਵਾਲ ਤਿਆਰ ਕੀਤੇ ਨੇ ਉਹਨਾਂ ਦੇ ਜਵਾਬ ਮਿਲ ਚੁੱਕੇ ਹੋਣ ਕਿਉਂਕਿ ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਉਸ ਸਮੇਂ ਚੰਨੀ ਹੋਰਾਂ ਤੋਂ ਪੁੱਛਗਿੱਛ ਜਾਰੀ ਆ। ਹੁਣ ਉਹ ਪੁੱਛਗਿੱਛ ਹੋ ਕੇ ਘਰ ਨੂੰ ਭੇਜਣਾ ਜਾਂ ਬੜੇ ਘਰ ਭੇਜਣਾ ਇਹ ਸਵਾਲ ਖੜਾ ਹੈ। ਤਲਵਾਰ ਲਟਕ ਰਹੀ ਹੈ ਗ੍ਰਿਫਤਾਰੀ ਦੀ। ਸੋ ਕੁਝ ਵੀ ਫੈਸਲਾ ਆ ਸਕਦਾ ਹੈ। ਜਾਂ ਉਹਨਾਂ ਨੇ ਸਮੇਂ 'ਚ ਕੁਝ ਏਹੀ ਕਾਰਵਾਈ ਹੋ ਸਕਦੀ ਆ। ਪਰ ਫਿਲਹਾਲ ਚੰਨੀ ਹੋਰਾਂ ਦਾ ਇਹ ਕਹਿਣਾ ਕਿ ਮੇਰਾ ਘਰ ਤੱਕ ਕੁਰਕੀ ਤੇ ਆ। ਆਮਦਨ ਤੋਂ ਵੱਧ ਸਰੋਤਾਂ 'ਚ 50 ਤੋਂ ਵੱਧ ਸਵਾਲ ਕਹਿੰਦੇ ਬਿਜ਼ਨਸ ਨੇ ਉਹਨਾਂ ਲਈ ਤਿਆਰ ਕੀਤੇ ਹੋਏ ਨੇ। ਭਾਣਜੇ ਵਾਲਾ 10 ਕਰੋੜ ਵਾਲਾ ਮਾਮਲਾ ਵੀ ਕਹਿੰਦੇ ਸਵਾਲਾਂ ਦੇ ਵਿੱਚ ਹੈਗਾ। ਤੇ ਕਹਿੰਦੇ 3 ਘੰਟੇ ਤੋਂ ਵੱਧ ਦੀ ਪੁੱਛਗਿੱਛ ਹੋ ਚੁੱਕੀ ਸੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤੇ ਕਹਿੰਦੇ ਜੀ ਭਪਿੰਦਰ ਹਣੀ ਵਾਲੇ ਮਾਮਲੇ 'ਚ ਵੀ ਉਹਨਾਂ ਤੋਂ ਸਖਤੀ ਨਾਲ ਪੁੱਛਿਆ ਜਾ ਰਿਹਾ ਤੇ ਚੰਨੀ ਹੋਰਾਂ ਨੇ ਇਹ ਸਾਰੇ ਪਹਿਲੂ ਦੇ ਵਿੱਚ ਇਹ ਕਿਹਾ ਕਹਿੰਦੇ ਕਿ ਮੇਤੋ ਕੀ ਹਾਸਲ ਕਰਨਗੇ ਮੇਰਾ ਤਾਂ ਪਹਿਲਾਂ ਹੀ ਘਰ ਵੀ ਕੁਰਕੀ ਤੇ ਆ ਵਿਜੀਲੈਂਸ ਦਫ਼ਤਰ ਦੇ ਬਾਹਰ ਖੜ ਕੇ ਚੰਨੀ ਨੇ ਇਹ ਗੱਲ ਆਖੀ ਕਿ ਮੈਨੂੰ ਕੋਈ ਡਰ ਨਹੀਂ ਉਹ ਮੈਨੂੰ ਚਾਹੇ ਗੋਲੀ ਮਾਰ ਦੇਣ ਜਿਸ ਦਾ ਘਰ ਹੀ ਕੁਰਕੀ ਤੇ ਲੱਗਿਆ ਹੋਵੇ ਹੈ ਤੇ ਹਾਈ ਕੋਰਟ ਤੋਂ ਸਟੇ ਲਈ ਹੋਵੇ ਆਪਣੇ ਘਰ ਦੀ ਕੁਰਕੀ ਰਖਵਾਉਣ ਲਈ ਕਹਿੰਦੇ ਉਹਦੇ ਕੋਲ ਹੋਰ ਦੱਸੋ ਕੀ ਹੋਊਗਾ ਤੋ ਇਸ ਲਈ ਕਹਿੰਦੇ ਜੀ ਇਹ ਟੋਟਲੀ ਮੱਤ ਤੇ ਉੱਤੇ ਤਕੜਾ ਹਮਲਾ ਹੈ ਮੇਰੇ ਕੋਲ ਕੁਝ ਨਹੀਂਗਾ ਕਿ ਸੱਚਮੁੱਚ ਚੰਨੀ ਕੋਲ ਕੁਝ ਨਹੀਂਗਾ ਆਮ ਆਦਮੀ ਪਾਰਟੀ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਕਿ ਚੰਨੀ ਨੇ ਤਿੰਨ ਮਹੀਨਿਆਂ ਚ ਪੰਜਾਬ ਲੁੱਟ ਲਿਆ ਕਿ ਸੱਚਮੁੱਚ ਸਾਨ ਆ ਇੰਨਾ ਪੰਜਾਬ ਲੁੱਟਣਾ ਜਿਹੜੇ 10 ਸਾਲ ਲਗਾਤਾਰ ਰਾਜ ਕਰਕੇ ਉਹਨਾਂ ਨੇ ਕਿੰਨਾ ਕੁ ਲੁੱਟਿਆ ਜਿਨ੍ਹਾਂ ਨੇ 5 ਸਾਲ ਪਹਿਲਾਂ ਤੇ 5 ਸਾਲ ਪੌਣੇ 5 ਸਾਲ ਫਿਰ ਰਾਜ ਕੀਤਾ ਉਹਨਾਂ ਨੇ ਕਿੰਨਾ ਕੁ ਲੁੱਟਿਆ ਤੇ ਆ ਤਿੰਨ ਮਹੀਨਿਆਂ ਚ ਕਿੰਨਾ ਕੁ ਲੁੱਟਿਆ ਸਾਲ ਚ ਹੁਣ ਤਾਂ ਨਹੀਂ ਲੁੱਟ ਹੋ ਰਿਹਾ ਹੁਣ ਹੁਣ ਵਾਲਿਆਂ ਦੇ ਨਾਂ ਤੇ ਕੋਈ ਹੋਰ ਤਾਂ ਨਹੀਂ ਲੁੱਟ ਰਿਹਾ ਸਵਾਲ ਪੰਜਾਬ ਨੂੰ ਲੁੱਟਣ ਦਾ ਹੀ ਆ ਪੰਜਾਬ ਦਾ ਖਜ਼ਾਨਾ ਨਹੀਂ ਪਰਦਾ ਉੱਪਰੋਂ ਤਾਲੇ ਲੱਗੇ ਨੇ ਥੱਲੇ ਮੋਰੀਆਂ ਨੇ ਹੁਣ ਮੋਰੀ ਅੱਡ-ਅੱਡ ਹੋਈ ਜਾਂਦੀ ਆ ਕਦੇ ਕਾਲੀਆਂ ਵਾਲੀ ਮੋਰੀ ਕਦੇ ਕਾਂਗਰਸੀਆਂ ਵਾਲੀ ਮੋਰੀ ਕਦੇ ਚੰਨੀ ਵਾਲੀ ਕਦੇ ਕੈਪਟਨ ਵਾਲੀ ਕਦੇ ਮਾਣ ਵਾਲੀ ਕਦੇ ਚਲੋ ਜੀ ਹੁਣ ਦਿੱਲੀ ਵਾਲਿਆਂ ਨੇ ਕਹਿੰਦੇ ਆਪਣੀਆਂ ਮੋਰੀਆਂ ਵੀ ਸੋ ਖੂਬ ਚਰਚਾ ਵਾਂ ਜਿਹੜੀ ਸਰਕਾਰ ਆਉਂਦੀ ਆ ਉਹ ਕਹਿੰਦੀ ਅਸੀਂ ਦੁੱਧ ਤੋਤੇ ਪਹਿਲੇ ਚੋਰ ਜਿਹੜੀ ਸੱਤਾ ਤੋਂ ਬਾਹਰ ਚਲੀ ਜਾਂਦੀ ਉਹ ਕਹਿੰਦੇ ਨਹੀਂ ਅਸੀਂ ਸਾਫ਼ ਸੁਥਰੇ ਸੀ ਹੁਣ ਵਾਲੇ ਚੋਰ ਸੋ ਇਹ ਸਾਰੇ ਮਾਮਲੇ ਕੀ ਹੈ ਰਾਜਨੀਤੀ ਤੋਂ ਪ੍ਰੇਰਿਤ ਨੇ ਤੇ ਚੰਨੀ ਵਾਲੇ ਮਾਮਲੇ ਦੇ ਵਿੱਚ ਵੱਡਾ ਸਵਾਲ ਖੜਾ ਹੁੰਦਾ ਜਾ ਰਿ ਮਾਮਲਾ ਕਿੱਥੇ ਜਾ ਕੇ ਰੁਕਣਾ ਬਠਿੰਡਾ ਫੌਜੀ ਸ਼ੌਨੀ এਸ਼ੀਆ ਦੀ ਸਭ ਤੋਂ ਵੱਡੀ ਬਾਉਂਡਰੀ ਵਾਲੀ ਮਿਲਟਰੀ ਸ਼ੌਨੀ ਪੰਜਾਬ 'ਚ 45 ਕਿਲੋਮੀਟਰ ਦਾ ਘੇਰਾ ਭਾਰਤ ਦੀਆਂ ਵੱਡੀਆਂ ਸ਼ੌਨੀਆਂ 'ਚੋਂ ਇੱਕ ਉੱਥੇ ਗੋਲੀਬਾਰੀ ਹੋਵੇ ਤੇ ਗੋਲੀਬਾਰੀ ਦੇ ਵਿੱਚ ਚਾਰ ਫੌਜੀਆਂ ਦੀ ਜਾਨ ਲੈ ਲਈ ਜਾਵੇ ਤੇ ਚੋਰੀ ਦੀ ਰਾਈਫਲ ਹੋਵੇ ਚੋਰੀ ਦੀ ਰਾਈਫਲ ਨਾਲ ਗੋਲੀਆਂ ਚੱਲਣ ਤੇ ਗੋਲੀ ਵੀ 1 2 3 ਨਹੀਂ 19 ਖੋਲ ਮਿਲਣ ਤੇ ਜਦੋਂ ਚਾਰ ਫੌਜੀ ਜਵਾਨਾਂ ਦਾ ਪੋਸਟਮਾਰਟਮ ਹੋਵੇ ਤਾਂ ਪੋਸਟਮਾਰਟਮ ਕਰਨ ਵਾਲੀ ਟੀਮ ਇਹ ਕਹੇ ਕਿ ਉਹਨਾਂ ਦੀ ਛਾਤੀ 'ਚ ਗੋਲੀਆਂ ਮਾਰੀਆਂ ਨਹੀਂ ਗਈਆਂ ਸੁੱਤਿਆਂ ਦੇ ਛਾਤੀਆਂ ਛੱਲ ਨਹੀਂ ਕਰ ਦਿੱਤੀਆਂ ਗਈਆਂ ਗੋਲੀਆਂ ਨਾਲ ਕੀ ਐਨੀ ਕੋਈ ਤਕਲੀਫ ਸੀ ਕਿਸੇ ਨੂੰ ਕੋਈ ਐਨੀ ਕੋਈ ਪੀੜ ਸੀ ਇੰਨਾ ਕੋਈ ਉਹਨਾਂ ਨਾਲ ਦੁਸ਼ਮਣੀ ਸੀ ਕਿ ਸੁੱਤੇ ਵੇ ਬੰਦੇ ਤੇ ਇੱਕ ਗੋਲੀ ਮਾਰ ਕੇ ਹੀ ਬੰਦਾ ਮਰ ਜਾਂਦਾ ਦੋ ਮਾਰ ਕੇ ਮਰ ਜਾਂਦਾ 19-19 ਗੋਲੀਆਂ ਖਾਲੀ ਕੀਤੀਆਂ ਮਤਲਬ ਚਾਰ ਤੋਂ ਵੱਧ ਵੱਧ ਗੋਲੀਆਂ ਇੱਕ ਦੇ ਹਿੱਸੇ ਤੇ ਫਿਰ ਛਾਤੀ ਸੜਣੀ ਤੇ ਹੁਣ ਲੰਮੇ ਸਮਾਂ ਬੀਤ ਚੁੱਕਿਆ 48 ਘੰਟਿਆਂ ਦੇ ਕਰੀਬ ਵਕਤ ਹੋ ਚੁੱਕਿਆ ਅਜੇ ਤੱਕ ਕਹਿੰਦੇ ਕੋਈ ਥੋ ਪਤਾ ਨਹੀਂ ਰਫਲਕੀ ਨੇ ਚੋਰੀ ਕੀਤੀ ਗੋਲੀਆਂ ਕਿਹਨੇ ਚਲਾਈਆਂ ਕਿੱਥੇ ਗਿਆ ਕਿਉਂਕਿ ਪਿਛਲੇ 24 ਘੰਟਿਆਂ ਤੋਂ ਬਾਅਦ ਵੀ ਕਹਿੰਦੇ ਜੀ ਅਸੀਂ ਜਿਹੜਾ ਜੰਗਲ ਨਾਲ ਉਹ ਵੀ ਫਰੋਲ ਲਿਆ ਅਸੀਂ ਜੇ ਹੈਲੀਕਾਪਟਰ ਭੇਜ ਕੇ ਵੀ ਫਰੋਲਿਆ ਅਸੀਂ ਡਰੋਨ ਵੀ ਭੇਜ ਲੇ ਅਸੀਂ ਆਉਂਦੀ ਜਾਂਦੀਆਂ ਗੱਡੀਆਂ ਵੀ ਚੈੱਕ ਕਰ ਰਿਆਂ ਅਸੀਂ ਆਪਣੇ ਸ਼ੋਨੀ ਦੇ ਸੀਸੀਟੀਵੀ ਕੈਮਰੇ ਸ਼ੋਨੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਮਠਿੰਡਾ ਸ਼ਹਿਰ ਚ ਬਾਜ਼ਾਰ ਚ ਆਉਂਦੇ ਜਾਂਦੇ ਖੇਤਰ ਚ ਲੱਗੇ ਸਾਰੇ ਫਰੋਲੜੇ ਕੋਈ ਥੋ ਪਤਾ ਨਹੀਂ ਲੱਗ ਰਿਹਾ ਵੈਸੇ ਮੈਨੂੰ ਪੁਲਵਾਮਾ ਕਿਉਂ ਯਾਦ ਆ ਰਿਹਾ ਪੁਲਵਾਮਾ ਫੌਜੀ ਜਵਾਨਾਂ ਦਾ ਜਾਣਾ ਸ਼ਹੀਦ ਹੋ ਜਾਣਾ ਅੱਜ ਤੱਕ ਸੱਚਾਈ ਸਾਹਮਣੇ ਨਹੀਂ ਆ ਸਕੀ ਕਿ ਉਹਦੇ ਪਿੱਛੇ ਕੌਣ ਸੀ ਜੇ ਪਾਕਿਸਤਾਨ ਇੰਨਾ ਦਮਖਮ ਰੱਖਣ ਲੱਗ ਗਿਆ ਕਿ ਸਾਡੇ ਮੁਲਕ ਦੀ ਹੱਦ ਦੇ ਅੰਦਰ ਆ ਕੇ ਸਾਡੇ ਫੌਜੀ ਜਵਾਨਾਂ ਦੀ ਜਾਨ ਲੈ ਲਵੇ ਫਿਰ ਕਾਹਦੀ ਸੁਰੱਖਿਆ ਕਾਹਦੀ ਏਜੰਸੀਆਂ ਕਾਹਦੀਆਂ ਖੁਫੀਆ ਟੀਮਾਂ ਥੋੜੀਆਂ ਤੇ ਫਿਰ ਸਰਜਿਕਲ ਸਟ੍ਰਾਈਕ ਫੌਜੀ ਜਵਾਨਾਂ ਨੇ ਕੀਤੀ ਤੇ ਪਰ ਉਹਦਾ ਸੇਰਾ ਸਰਕਾਰਾਂ ਨੇ ਲਿਆ ਲੀਡਰਾਂ ਨੇ ਲਿਆ ਤੇ ਪਲਵਾਮਾ ਚ ਸ਼ਹੀਦ ਹੋਏ ਸਾਡੇ ਜਵਾਨ ਮੈਂ ਦੇਖੇ ਬੜੀ ਛਾਤੀ ਦੇ ਦਮ ਪਰਣ ਵਾਲੇ ਲੀਡਰਾਂ ਦੀ ਪਿੱਠ ਪਿੱਛੇ ਬੋਰਡ ਲੱਗੇ ਨੇ ਫੌਜੀ ਜਵਾਨਾਂ ਦੇ ਤਸ਼ੀਦ ਫੌਜੀ ਜਵਾਨਾਂ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਜਾ ਰਹੀਆਂ ਮੈਨੂੰ ਬਠਿੰਡਾ ਵਾਲੇ ਮਾਮਲੇ 'ਚ ਪਲਵਾਮਾ ਕਿਉਂ ਜਾ ਰਿਹਾ ਚਾਰ ਜਵਾਨ ਛਾਤੀ ਛੜਨੀ ਸੁੱਤੇ ਪਿਆਨ ਦੀ ਮੌਤ ਚੋਰੀ ਦੀ ਰਾਈਫਲ ਕੁਛ ਨਹੀਂ ਥੋ ਪਤਾ ਕੋਈ ਥੋ ਟਕਾਣਾ ਨਹੀਂ ਕਿਹਨੇ ਮਾਰੇ ਕਿਉਂ ਮਾਰੇ ਪਰ ਉਹਨਾਂ ਚਾਰ ਜਵਾਨਾਂ ਦੇ ਵਿੱਚ ਦੋ ਜਵਾਨ ਕਰਨਾਟਕਾ ਦੇ 24 ਸਾਲ ਦੇ ਦੋ ਨੌਜਵਾਨ ਫੌਜੀ ਜਵਾਨ ਸਾਡੇ 25 ਸਾਲ ਦੇ ਦੂਏ ਦੋ ਫੌਜੀ ਚਾਰਾਂ ਦੀ ਉਮਰ 24 ਤੇ 25-25 ਸਾਲ ਤੇ ਤਿੰਨ-ਤਿੰਨ ਸਾਲ ਅਜੇ ਨੌਕਰੀ ਨੂੰ ਤੇ ਉਹਨਾਂ ਦੀ ਜਾਨ ਲਈ ਜਾਂਦੀ ਹੈ ਇਹਨਾਂ ਚੋਂ ਦੋ ਕਰਨਾਟਕਾ ਦੇ ਦੋ ਤਾਮਿਲਨਾਡੂ ਦੇ ਪੰਜਾਬ 'ਚ ਹੀ ਹਾਦਸਾ ਕਿਉਂ ਦੇਸ਼ ਭਰ ਚ ਫੌਜੀ ਸ਼ੌਨੀਆਂ ਹੈਗੀਆਂ ਇਹਨਾਂ ਦਿਨਾਂ 'ਚ ਹਾਦਸਾ ਕਿਉਂ ਜਦੋਂ ਪੰਜਾਬ ਨੂੰ ਨੈਸ਼ਨਲ ਮੀਡੀਆ ਸਵਾਲਾਂ ਦੇ ਘੇਰੇ 'ਚ ਰੱਖ ਰਿਹਾ ਉਸ ਸਮੇਂ ਹੀ ਵਾਪਰੀ ਘਟਨਾ ਕਿਉਂ ਸਵਾਲ ਨੇ ਮੇਰੇ ਤੇ ਉਸ ਵੇਲੇ ਥੋ ਪਤਾ ਕਿਉਂ ਨਹੀਂ ਤੇ ਅਜੇ ਚਾਰਾਂ ਦਾ ਮਸਲਾ ਹੱਲ ਨਹੀਂ ਹੋਇਆ ਕਿ ਇੱਕ ਹੋਰ ਅੰਦਰ ਹੀ ਸ਼ੋਨੀ ਦੇ ਅੰਦਰ ਇੱਕ ਪਬਲਿਕ ਦਫ਼ਤਰ ਦੇ ਅੰਦਰ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਫੌਜੀ ਜਵਾਨ ਭੱਜ ਕੇ ਜਾਂਦੇ ਨੇ ਕਹਿੰਦੇ ਜੀ ਆਪਣੀ ਰਫਨਾ ਗੋਲੀ ਚੱਲੀ ਤੇ ਇੱਕ ਜਵਾਨ ਹੋਰ ਮਾਰਿਆ ਗਿਆ ਤੇ ਚੱਕ ਕੇ ਉਹਨੂੰ ਲੈ ਕੇ ਜਾਂਦੇ ਨੇ ਬੇਹੋਸ਼ੀ ਦੀ ਹਾਲਤ ਚ ਹੈ ਜੀ ਕਹਿੰਦੇ ਆਰਮੀ ਹਸਪਤਾਲ ਲੈ ਜਾਓ ਤੇ ਉੱਥੇ ਆਰਮੀ ਹਸਪਤਾਲ ਦੇ ਡਾਕਟਰ ਕਹਿੰਦੇ ਨੇ ਨਹੀਂ ਜੀ ਇਹ ਜਵਾਨ ਦੀ ਜਾਨ ਜਾ ਚੁੱਕੀ ਆ ਤੇ ਉਹ ਪੰਜਵਾਂ ਜਵਾਨ ਕਰਨਾਟਕਾ ਦਾ ਸੋ ਪੰਜ ਜਵਾਨਾਂ ਚੋਂ ਤਿੰਨ ਜਵਾਨ ਕਰਨਾਟਕਾ ਦੇ ਮੈਨੂੰ ਪਲਵਾਮਾ ਕਿਉਂ ਯਾਦ ਆ ਰਿਹਾ ਕਰਨਾਟਕ ਕਿਉਂ ਯਾਦ ਆ ਰਿਹਾ ਬਠਿੰਡਾ ਦੀ ਸ਼ੌਨੀ ਦੇ ਵਿੱਚ ਪੰਜ ਜਵਾਨਾਂ ਦੀ ਮੌਤ ਪੰਜਾਂ ਚੋਂ ਤਿੰਨ ਕਰਨਾਟਕਾ ਦੇ ਤੇ ਕਰਨਾਟਕਾ ਚ ਨਹੀਂ ਵਿਧਾਨ ਸਭਾ ਚੋਂ ਆ ਪਤਾ ਨਹੀਂ ਜਿਹੋਨੇ ਕਨੈਕਸ਼ਨ ਹੈ ਕਿ ਨਹੀਂ ਪਰ ਇਹ ਸਵਾਲ ਹੈਗਾ ਸੋ ਇਹ ਸਵਾਲ ਚੋਂ ਸਵਾਲ ਕਰ ਰਹੇ ਹਾਂ ਸਵਾਲ ਤਾਂ ਬਹੁਤ ਨੇ ਜਵਾਨ ਸਰਕਾਰ ਲਈ ਸਵਾਲ ਬਹੁਤ ਨੇ ਪਰ ਸਰਕਾਰਾਂ ਕੋਲ ਜਵਾਬ ਨਹੀਂ ਹੁੰਦੇ ਸਵਾਲਾਂ ਦੇ ਕਹਿੰਦੇ ਜੀ ਸਰਕਾਰ ਢੰਡੋਰਾ ਪਟਰੀ ਹੈ ਕਿ ਦੇਖੋ ਮਹਿੰਗਾਈ ਦਰ ਘਟ ਗਈ 5.66% ਤੇ ਆ ਗਈ ਮਹਿੰਗਾਈ ਦਰ ਇਹ ਪ੍ਰਾਪਤੀ ਹੈ ਮਹਿੰਗਾਈ ਦਰ 7% ਹੋਵੇ ਮਹਿੰਗਾਈ ਦਰ 8% ਹੋਵੇ ਉਹਦਾ ਮਤਲਬ ਸਮਝਦੇ ਹੋ ਕੀ ਹੁੰਦਾ ਆਮ ਬੰਦੇ ਨੂੰ ਲੱਗਦਾ ਕਿ ਇਹਦੇ ਨਾਲ ਕੀ ਫਰਕ ਪੈਂਦਾ ਆਪਾਂ ਨੂੰ ਕਿਹੜਾ ਮਹਿੰਗਾਈ ਦਰ ਪ੍ਰਭੋ ਜੇ ਮਹਿੰਗਾਈ ਦਰ 8% ਹੈ ਮਤਲ ਤੁਹਾਡੇ 100 ਰੁਪਏ ਦਾ ਬਾਜ਼ਾਰ ਚ ਮੁੱਲ 92 ਰੁਪਏ ਹੈ ਜੇਕਰ ਮਹਿੰਗਾਈ ਦਰ 8% ਹੈ ਤਾਂ ਤੁਹਾਡਾ 1000 ਰੁਪਏ ਦਾ ਨੋਟ 5 500 ਦੇ ਦੋ ਨੋਟਾਂ ਦੀ ਬਾਜ਼ਾਰ ਚ ਕੀਮਤ 920 ਰੁਪਏ ਹੈ 80 ਰੁਪਏ ਤੁਹਾਡੇ ਕੌਣ ਖਾ ਰਿਹਾ ਹੈ ਇਹ ਮਹਿੰਗਾਈ ਦਰ ਖਾ ਰਹੀ ਹੈ ਤੇ ਹੁਣ ਕਹਿੰਦੇ 5 ਫੀਸਦੀ ਤੇ ਕਰੀ ਪਹੁੰਚ ਗਈ ਮਹਿੰਗਾਈ ਦਰ ਅਸੀਂ ਘਟਾ ਲਿਆਂਦੀ ਹੈ ਪ੍ਰਾਪਤੀ ਘਣਾਉਂਦੀ ਹੈ ਸਰਕਾਰ ਤੇਦਾ ਮਤਲਬ 5 ਫੀਸਦੀ ਤੇ ਵੀ ਤੁਹਾਡੇ 100 ਰੁਪਏ ਦੀ ਨੋਟ ਦੀ ਕੀਮਤ 95 ਰੁਪਏ ਹੈ ਤੁਹਾਡੇ 1000 ਦੀ ਕੀਮਤ 950 ਰੁਪਏ ਹੀ ਹੈ ਤੇ ਮਹਿੰਗਾਈ ਦਰ ਘਟ ਗਈ ਸਿਲੰਡਰ ਮਹਿੰਗਾ ਹੋ ਗਿਆ ਹਰ ਹਰ ਦੀ ਦਾਲ ਮਹਿੰਗੀ ਹੋ ਗਈ ਨਹੀਂ ਨਹੀਂ ਜਨਾਬ ਕਿਸਾਨਾਂ ਨੂੰ ਨਹੀਂ ਮਹਿੰਗੀ ਦਾ ਮੁੱਲ ਮਿਲਿਆ ਉਹ ਮਿਲਿਆ ਵਾਨੀ ਡਾਨੀਆਂ ਦੇ ਮੌਲ ਚ ਜਿੱਥੇ ਕਿਸਾਨ ਦੀ ਛੱਲੀ 1 ਰੁਪਏ ਦੀ ਵੀ ਨਹੀਂ ਵਿਕਦੀ ਮੌਲ ਚ ਉਹ ਲਫਾਫੇ ਚ ਪੈ ਕੇ ਛੱਲੀ 50 ਰੁਪਏ ਦੀ ਹੋ ਜਾਂਦੀ ਆ ਜਿੱਥੇ 1 ਰੁਪਿਆ ਦੇ ਵੀ ਆਲੂ ਨਹੀਂ ਵਿਕਦਾ ਉਹ ਕਾਲੂ ਦੇ ਚਿਪਸ ਬਣ ਕੇ ਵਾਨੀ ਡਾਨੀਆਂ ਦੇ ਮੌਲ ਦੇ ਵਿੱਚ 30 30 40 40 ਰੁਪਏ ਦਾ ਪੈਕਟ ਵਿਕ ਜਾਂਦਾ ਜਿੱਥੇ ਇੱਕ ਕਿੰਨੂ ਦਾ ਮੁੱਲ 2 ਰੁਪਏ ਨਹੀਂ ਪੈਂਦਾ ਉਹਨਾਂ ਦੇ ਜੂਸ ਦੇ ਡੱਬੇ ਦੇ ਵਿੱਚ ਪਾ ਕੇ 110 ਰੁਪਏ ਦਾ ਹੋ ਜਾਂਦਾ ਉੱਥੇ ਵਿਕਦਾ ਸਾਰਾ ਕੁਝ ਉੱਥੇ ਹੀ ਹੁਣ ਵੀ ਮਹਿੰਗਾ ਸੋ ਕਿਸਾਨਾਂ ਦੀ ਵੀ ਮਾਰ ਤੇ ਖਰੀਦਣ ਵਾਲੇ ਦੀ ਵੀ ਲੁੱਟ ਲਓ ਮੈਂ ਅੰਕੜੇ ਰੱਖ ਦਿਨਾ ਜਨਾਬ ਜਿਹੜੇ ਕਹਿੰਦੇ ਮਹਿੰਗਾਈ ਦਰ 5.6% ਤੇ ਆ ਗਈ ਘਟ ਗਈ ਉਹਨਾਂ ਦੇ ਰਾਜ ਦੇ ਵਿੱਚ ਮੈਂ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਸਿਲੰਡਰ ਦੁੱਧ ਤੇਲ ਦੀ ਕੀਮਤ ਦੀ ਤੁਲਨਾ ਨਹੀਂ ਕਰਨ ਲੱਗਿਆ ਮੈਂ ਮੋਦੀ ਦੇ ਪਿਛਲੇ 5 ਸਾਲਾਂ ਦੀ ਤੁਲਨਾ ਨਹੀਂ ਕਰਨ ਲੱਗਿਆ ਮੈਂ ਉਹ ਸਿਰ ਤੇ ਸਿਲੰਡਰ ਲੈ ਕੇ ਗਲਚ ਹਾਰ ਪਾ ਕੇ ਸਮ੍ਰਿਤੀ ਰਾਨੀ ਨੂੰ ਯਾਦ ਨਹੀਂ ਕਰਾਉਣ ਲੱਗਿਆ ਹਾਂ ਮੈਂ ਪਿਛਲੇ 1 ਸਾਲ 'ਚ ਯਾਦ ਕਰਾ ਦਿੰਦਾ 1 ਸਾਲ 10 ਅਪ੍ਰੈਲ 2022 ਤੋਂ ਲੈ ਕੇ 10 ਅਪ੍ਰੈਲ 2023 ਤੱਕ ਭਾਰਤ ਦੇ ਅੰਦਰ ਵੱਖ-ਵੱਖ ਸੂਬਿਆਂ ਸ਼ਹਿਰਾਂ ਦੇ ਅੰਦਰ ਸਿਲੰਡਰ ਦੀ ਕੀਮਤ 'ਚ 150 ਰੁਪਏ ਵਾਧਾ ਕਮਾਲ ਹੈ ਜਨਾਬ ਮਜ਼ਦੂਰ ਦੀ ਮਜ਼ਦੂਰੀ ਨਹੀਂ ਵਧਦੀ ਨਰੇਗਾ ਦੇ ਤਹਿਤ ਦਿਹਾੜੀ 100 ਦਿਨ ਵੀ ਨਹੀਂ ਮਿਲਦੀ ਢਿੱਡ ਤਾਂ ਉਹਦੇ 365 ਦਿਨੇ ਲੱਗਿਆ ਰੋਟੀ ਤਾਂ ਅਗਲੇ 365 ਦਿਨੇ ਖਾਣੀ ਤੇ ਤੁਸੀਂ 100 ਦਿਨ ਵੀ ਉਹਨੂੰ ਮਜ਼ਦੂਰੀ ਨਹੀਂ ਦਿੰਦੇ 365 ਦਿਨ ਤਾਂ ਕੀ ਦੇਣੀ ਆ ਤੇ ਸਿਲੰਡਰ ਲਗਾਤਾਰ ਵਧਦਾ 150 ਰੁਪਿਆ 950 ਰੁਪਈਆ ਵਾਲਾ ਸਿੰਡਰ 1100 ਤੋਂ ਪਾਰ ਹੈ ਕਿਸੇ ਸ਼ਹਿਰ 'ਚ 1106 ਦਾ ਕਿਸੇ ਸ਼ਹਿਰ 'ਚ 1108 ਦਾ ਤੇ ਸਬਸਿਡੀ ਦਿੰਦੀ ਆ ਸਰਕਾਰ ਤੁਹਾਡੇ ਖਾਤੇ ਭਰ ਗਏ ਹੁਣੇ ਆ ਚੈੱਕ ਕਰ ਲਿਓ ਆ ਜਵਾਕ ਮੈਨੂੰ ਹੁਣੇ ਦੱਸ ਰਹੀ ਸੀ ਕਿ ਕਿਸੇ ਨੂੰ 8 ਰੁਪਈਆ ਆਉਂਦੇ ਕਿਸੇ ਨੂੰ 10 ਰੁਪਈਏ ਤੇ 12 ਰੁਪਈਏ 6 ਰੁਪਈਆ ਸਾਡੇ ਖਾਤੇ 'ਚ ਵੀ ਆ ਜਾਂਦੇ ਇਹ ਆ ਜੀ ਸਬਸਿਡੀ 950 ਰੁਪਈਆ ਵਾਲਾ ਸਿੰਡਰ 1 ਸਾਲ 'ਚ ਵਿਕਿਆ 1100 ਰੁਪਈਏ ਦਾ 150 ਰੁਪਿਆ ਮਹਿੰਗਾ ਹਰ ਹਰ ਦੀ ਦਾ ਕਿਸਾਨਾਂ ਦੇ ਲਈ ਐਮਐਸਪੀ ਨਹੀਂ ਫਸਲ ਦਾ ਪੂਰਾ ਮੁੱਲ ਨਹੀਂ ਨਕਲੀ ਦਵਾਈਆਂ ਕੁਦਰਤੀ ਮਾਰ ਪੈ ਜਵੇ ਟੁੱਟੇ ਦਾਣੇ ਦੀ ਵੀ ਕਟੌਤੀ ਕਰਾਂਗੇ। ਹੈ 5 ਰੁਪਏ 31 ਪੈਸੇ ਤੋਂ ਲੈ ਕੇ 31 ਰੁਪਏ 60 ਪੈਸੇ ਤੱਕ ਕਟੌਤੀ ਕਰਾਂਗੇ। ਤੇ ਪਰ ਇੱਧਰ ਦਿੱਲੀ ਦੇ ਵਿੱਚ ਹਰੜ ਦੀ ਦਾਲ ਪਿਛਲੇ ਸਾਲ 10 ਅਪ੍ਰੈਲ 2022 ਨੂੰ 103 ਰੁਪਏ ਸੀ ਤੇ 10 ਅਪ੍ਰੈਲ 2023 ਨੂੰ 128 ਰੁਪਏ ਕਿਲੋ ਮਤਲਬ ਸਿੱਧੇ 25 ਰੁਪਏ ਕਿਲੋ ਪਿੱਛੇ ਮਹਿੰਗੀ ਹੋਈ ਦਿੱਲੀ ਦੇ ਵਿੱਚ ਹਰ ਹਰ ਦੀ ਦਾਲ ਤੇ ਮੁੰਬਈ ਦੇ ਵਿੱਚ 110 ਰੁਪਏ ਸੀ ਪਿਛਲੇ ਸਾਲ ਅੱਜ 139 ਰੁਪਏ 29 ਰੁਪਏ ਕਿਲੋ ਪਿੱਛੇ ਮਹਿੰਗੀ ਹੋਈ ਇੱਕ ਸਾਲ ਦੇ ਵਿੱਚ ਕੀ ਕਿਸਾਨਾਂ ਨੂੰ ਇੰਨਾ ਭਾਅ ਮਿਲਦਾ ਨਹੀਂ ਮਿਲਦਾ ਇਹ ਮਤਲਬ ਕਿਸਾਨਾਂ ਨਾਲ ਵੀ ਧੋਖਾ ਤੇ ਤੁਸੀਂ ਅਸੀਂ ਜਿਹੜੇ ਖਰੀਦ ਕੇ ਖਾਂਦੇ ਆ ਸਾਡੀ ਨਾਲ ਵੀ ਡਾਕਾ ਸਾਡੀ ਜੇਬ ਤੇ ਵੀ ਲੁੱਟ ਚਲੋ ਐਂ ਨਹੀਂ ਬੜਾ ਰੋਲਾ ਪੈਂਦਾ ਪਾਕਿਸਤਾਨ ਚਾਟਾ ਇੰਨਾ ਆਟਾ ਇੰਨਾ ਇੱਥੇ ਵੀ 2-2 4-4 ਰੁਪਏ ਚੁਪ ਕਰਕੇ ਵਧਾਈ ਜਾਂਦੇ ਨੇ ਆਟਾ ਦਿੱਲੀ ਦੇ ਵਿੱਚ 26 ਰੁਪਏ ਸੀ ਹੁਣ ਕਹਿੰਦੇ 30 ਰੁਪਏ ਆ ਇਹ ਬੜਾ ਸਿੰਪਲ ਸਧਾਰਨ ਵੀਆਈਪੀ ਆਟਾ ਬਹੁਤ ਮਹਿੰਗਾ ਜਿਨ੍ਹਾਂ ਨੇ ਮਤਲਬ ਕਹਿੰਦੇ ਜੋਗਾ ਗੁਰੂ ਨੇ ਜੀ ਉਹ ਕਰਿਆਨੇ ਦੀ ਦੁਕਾਨ ਖੋਲੀ ਉਹਨਾਂ ਦਾ ਮਾਲ ਬਹੁਤ ਵਿਕਦਾ ਸੋ ਇਸ ਲਈ ਉੱਥੇ ਆਟਾ ਬਹੁਤ ਮਹਿੰਗਾ ਚੌਲ ਆ ਮੈਂ ਚੰਡੀਗੜ੍ਹ 'ਚ ਦੇਖਦਾ ਥੈਲੀਆਂ 'ਚ ਪਾ ਕੇ ਬ੍ਰਾਂਡ 'ਚ ਮੋਹਰ ਲਾ ਕੇ 2-200 ਰੁਪਏ ਕਿਲੋ ਤੱਕ ਵਿਕਦਾ 150 ਰੁਪਏ ਤੱਕ ਵੀ ਚੌਲ ਹੈਗਾ ਤੇ ਪਰ ਗਰੀਬਾਂ ਲਈ ਕਹਿੰਦੇ ਜੀ ਦਿੱਲੀ ਦੇ ਵਿੱਚ ਚੌਲ 31 ਰੁਪਏ ਵਾਲਾ 39 ਰੁਪਏ ਹੋ ਗਿਆ ਸੋ ਆਮ ਬੰਦਾ ਜਿਹੜਾ 30 31 ਰੁਪਿਆ ਵਾਲਾ ਚੌਲ ਸੀ ਉਹ ਵੀ 1 ਸਾਲ ਦੇ ਵਿੱਚ 8 ਰੁਪਏ ਮਹਿੰਗਾ ਹੋ ਗਿਆ ਕੀ ਕਰੂਗਾ ਉਹ ਦੁੱਧ ਕਿਸਾਨ ਨੂੰ ਪੂਰਾ ਮੁੱਲ ਨਹੀਂ ਉਹਦੇ ਲਈ ਸਮੱਸਿਆ ਖੜੀ ਆ ਪਰ ਨਾਰਮਲ ਦੁੱਧ ਵੀ 50 ਰੁਪਏ ਤੋਂ 53 ਰੁਪਏ ਦਿੱਲੀ ਦੇ ਵਿੱਚ ਬੰਬੇ ਦੇ ਵਿੱਚ 51 ਤੋਂ 58 ਰੁਪਏ ਤੇ ਜਿਹੜਾ ਪੈਕਟਾਂ ਚ ਪੈਕ ਹੋ ਗਿਆ ਉਹਦਾ ਮੋਹਰਾਂ ਲਾ ਕੇ ਕੋਈ ਗੁਜਰਾਤ ਵਾਲਿਆਂ ਦੀਆਂ ਕੋਈ ਹਰਿਆਣੇ ਵਾਲਿਆਂ ਦੀਆਂ ਕੋਈ ਪੰਜਾਬ ਵਾਲਿਆਂ ਦੀਆਂ ਪੁੱਛੋ ਨਾ ਫਿਰ ਉਹਦਾ ਹਿਸਾਬ-ਕਿਤਾਬ ਦਾ ਬਸ ਥੈਲੀਆਂ ਚੋਂ ਨਚੋੜਣ ਜੋਗੇ ਰਹਿ ਜਾਂਦੇ ਸੀ ਦੁੱਧ ਸੋ ਇਸ ਲਈ ਆ ਵੱਡਾ ਸਵਾਲ ਖੜਾ ਕਿ ਚਾਹੇ ਐ ਗੈਸ ਸਿਲੰਡਰ ਹੋਵੇ ਚਾਹੇ ਦਾਲਾ ਹੋਵੇ ਚਾਹੇ ਆਟਾ ਹੋਵੇ ਚਾਹੇ ਚੌਲ ਹੋਵੇ ਚਾਹੇ ਦੁੱਧ ਹੋਵੇ ਤੇ ਚਾਹੇ ਮਹਿੰਗਾਈ ਦੀ ਦਰ ਦਾ ਹਵਾਲਾ ਹੋਵੇ ਸੋ ਸਰਕਾਰਾਂ ਖਰੀਦਦਾਰਾਂ ਨਾਲ ਵੀ ਧੋਖਾ ਕਰਦੀਆਂ ਤੇ ਪੈਦਾਵਾਰ ਕਰਨ ਵਾਲਿਆਂ ਨਾਲ ਵੀ ਧੋਖਾ ਕਰਦੀਆਂ ਤੇ ਮੜਾਈ ਖਾਨ ਨੂੰ ਰੱਖੇ ਨੇ ਗੱਬੇ ਕਾਰਪੋਰੇਟ ਕਰਾਣੇ ਸੋ ਇਸ ਲਈ ਵੱਡਾ ਸਵਾਲ ਖੜਾ ਕਿ ਜਨਾਬ ਕਿਹੜੀ ਮਹਿੰਗਾਈ ਦਰ ਦੀਆਂ ਗੱਲਾਂ ਕਰਦੇ ਹੋ ਜੇਬ ਦੇਸ਼ ਦੀ ਘਟ ਹੋ ਰਹੀ ਹੈ ਇਸ ਲਈ ਗੌਰ ਕਰਿਆ ਕਰੋ ਗਵਰਨਮੈਂਟ ਦਾ ਮਤਲਬ ਗੌਰ ਕਰਨਾ ਹੁੰਦਾ ਮਿੰਟਾਂ ਚ ਪਰ ਤੁਸੀਂ ਨਹੀਂ ਗੌਰ ਕਰਦੇ ਇਸ ਲਈ ਅਸੀਂ ਮੁੱਦੇ ਲੈ ਕੇ ਆਜ਼ਰ ਹੁੰਨੇ ਤੁਸੀਂ ਵੇਖਦੇ ਰਹੋ ਲੈਬਲਟੀਵੀ ਲੋਕਾਂ ਦੀ ਆਵਾਜ਼ ਲੋਕਾਂ ਨੇ